ਬਠਿੰਡਾ ਦੇ ਭਾਗੂ ਰੋਡ ਤੇ ਦਿਨ ਦਿਹਾੜੇ ਚੋਰਾਂ ਵੱਲੋਂ ਤਾਲੇ ਤੋੜ ਕੇ ਕੀਤੀ ਚੋਰੀ ਫਿੰਗਰਪ੍ਰਿੰਟ ਐਕਸਪਰਟ ਪਹੁੰਚੇ ਮੌਕੇ ਤੇ ਕਰ ਰਹੇ ਨੇ ਜਾਂਚ ਜਾਣਕਾਰੀ ਅਨੁਸਾਰ ਬਠਿੰਡਾ ਦੇ ਭਾਗੂ ਰੋਡ ਤੇ ਰਹਿਣ ਵਾਲਾ ਇੱਕ ਪਰਿਵਾਰ ਦੋਨੇ ਜੀ ਮੁਲਾਜ਼ਮ ਹਨ ਤੇ ਉਹ ਆਪਣੀ ਡਿਊਟੀ ਤੇ ਗਏ ਹੋਏ ਸਨ ਤਾਂ ਪਿੱਛੋਂ ਚੋਰ ਉਹਨਾਂ ਦੇ ਅੰਦਰ ਤਾਲਾ ਤੋੜ ਕੇ ਵੜ ਗਏ ਤੇ ਅੰਦਰ ਉਹਨਾਂ ਵੱਲੋਂ ਅਲਮਾਰੀ ਦਾ ਲੋਕਰ ਤੋੜਿਆ ਗਿਆ ਤੇ ਉਸ ਤੋਂ ਬਾਅਦ ਅੱਗੇ ਇੱਕ ਹੋਰ ਲੋਕਰ ਸੀ ਉਹ ਸਾਰਾ ਲੋਕਰ ਹੀ ਚੱਕ ਕੇ ਨਾਲ ਲਗੇ ਪੂਰੀ ਤਰ੍ਹਾਂ ਸਾਰਾ ਇਹਨਾਂ ਦਾ ਸਮਾਨ ਬਿਖਰਿਆ ਪਿਆ ਸੀ ਤਾਂ ਇਹਨਾਂ ਨੂੰ ਗਵਾਂਢੀਆਂ ਨੇ ਦੱਸਿਆ ਤਾਂ ਜਦ ਇਹਨਾਂ ਨੇ ਆ ਕੇ ਦੇਖਿਆ ਤਾਂ ਉਦੋਂ ਤੱਕ ਚੋਰ ਉੱਥੋਂ ਇਹਨਾਂ ਦਾ ਲੋਕਰ ਲੈ ਕੇ ਫਰਾਰ ਹੋ ਚੁੱਕੇ ਸਨ ਉਸ ਤੋਂ ਬਾਅਦ ਇਹਨਾਂ ਨੂੰ ਪੁਲਿਸ ਨੂੰ ਸੂਚਿਤ ਕੀਤਾ ਗਿਆ ਇਹਨਾਂ ਵੱਲੋਂ ਅਤੇ ਪੁਲਿਸ ਮੌਕੇ 'ਤੇ ਫਿੰਗਰਪ੍ਰਿੰਟ ਐਕਸਪਰਟ ਲੈ ਕੇ ਇੱਥੇ ਪਹੁੰਚ ਚੁੱਕੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਸਾਰਾ ਸਮਾਨ ਇੱਥੇ ਬਿਖਰਿਆ ਹੋਇਆ ਦਿਖਾਈ ਦੇ ਰਿਹਾ ਦੋਨੇ ਹੀ ਮੀਆਂ ਬੀਬੀ ਮੁਲਾਜ਼ਮ ਹਨ ਅਤੇ ਇਹ ਆਪਣੀ ਡਿਊਟੀ 'ਤੇ ਗਏ ਹੋਏ ਸਨ ਪਿੱਛੋਂ ਚੋਰਾਂ ਨੇ ਇਹਨਾਂ ਦੇ ਘਰ ਦੇ ਅੰਦਰ ਤਾਲਾ ਤੋੜ ਕੇ ਸਾਰਾ ਕੁਝ ਲੈ ਕੇ ਇੱਥੋਂ ਫਰਾਰ ਹੋ ਗਏ ਤੁਸੀਂ ਦੇਖ ਰਹੇ ਹੋ ਤਸਵੀਰਾਂ ਭਾਗੂ ਰੋਡ ਦੀਆਂ ਮੇਰਾ ਨਾਂ ਕੁਲਵੀਰ ਸਿੰਘ ਸੋਢੀ ਹੈ ਜੀ ਇਹ ਜੀ ਭਾਗੂ ਰੋਡ ਗਲੀ ਨੰਬਰ 13 ਮਕਾਨ ਨੰਬਰ 22625 ਹੈ ਵਾਰਦਾਤ ਇਹ ਸਰ ਅਸੀਂ ਸਾਰੇ ਮੈਂ ਅਤੇ ਮੇਰੀ ਵਾਈਫ ਜਿਹੜੀ ਸਰਕਾਰੀ ਮੁਲਾਜ਼ਮ ਹੈ ਜੀ ਅਤੇ ਡਿਊਟੀ 'ਤੇ ਗਏ ਹੋਏ ਸੀ ਮੈਂ ਰੇਡੀਓ ਸਟੇਸ਼ਨ ਜੋਬ ਕਰਦਾ ਵਾਈਫ ਮੇਰੇ ਹੈਲਥ ਡਿਪਾਰਟਮੈਂਟ 'ਚ ਭਗਤੇ ਆ ਉਸ ਤੋਂ ਬਾਅਦ ਪਿੱਛੋਂ ਤੋਂ ਲਗਭਗ 1:15 ਸਾਡੇ ਗੁਆਂਢੀਆਂ ਨੇ ਮੈਨੂੰ ਇਨਫੋਰਮੇਸ਼ਨ ਦਿੱਤੀ ਹੈ ਕਿ ਤੁਹਾਡੇ ਬੰਦੇ ਅੰਦਰ ਵੜੇ ਹੋਏ ਆ ਮੈਂ ਡਿਊਟੀ ਛੱਡ ਕੇ ਆਪਦਾ ਇਮੀਜੀਏਟਲੀ ਜਦੋਂ ਘਰ ਆਇਆ ਅਤੇ ਆ ਕੇ ਦੇਖਿਆ ਵੀ ਇਹ ਸਾਰਾ ਮੇਨ ਜੰਦਰਾ ਮੇਨ ਤੋਂ ਐਂਟਰੀ ਕੀਤੀ ਉਹਨਾਂ ਨੇ ਪੈੜਾ ਪੂੜਾ ਇੱਥੇ ਹੈਗੀਆਂ ਉਹ ਮਤਲਬ ਉੱਥੇ ਸਾਰੀ ਕੋਠੀ ਦੀ ਤਲਾਸ਼ੀ ਲਈ ਆ ਮੇਨ ਗੋਦਰੀ ਦੀ ਅਲਮਾਰੀ 'ਚ ਅਲਮਾਰੀ ਭੰਨੀ ਆ ਅਲਮਾਰੀ ਦੇ ਵਿੱਚ ਲੋਕਰ ਸੀ ਅੱਗੋਂ ਫਿਰ ਲੋਕਰ ਸੀਗਾ ਉਹ ਲੋਕਰ ਹੀ ਲੈ ਗਏ ਨਾਲ ਇੱਕ ਅਟੈਚੀ ਮੈਨੂੰ ਨਜ਼ਰ ਨਹੀਂ ਆ ਰਿਹਾ ਸਮਾਨ ਦੀ ਅਜੇ ਕੋਈ ਮੈਨੂੰ ਪਤਾ ਨਹੀਂ ਹੈਗਾ ਜੋ ਸਮਾਨ ਉਹਦੇ ਵਿੱਚ ਸੀਗਾ ਉਹ ਲੈ ਹੀ ਗਏ ਨਹੀਂ ਸਰ ਇਹਦੇ ਬਾਰੇ ਜਦੋਂ ਮੈਨੂੰ ਅਜੇ ਮੈਂ ਇਹਦੇ ਬਾਰੇ ਨਹੀਂ ਕਹਿ ਸਕਦਾ ਪਰ ਸਮਾਨ ਕਾਫੀ ਸੀਗਾ ਅੰਦਾਜ਼ਾ ਜਿਹਾ ਨਹੀਂ ਮੈਂ ਅਜੇ ਕੁਛ ਕਹਿ ਸਕਦਾ ਆਪਣਾ ਇਸ ਰਜਿੰਦਰ ਸਿੰਘ ਸਰ ਇੱਥੇ ਤਲਾਹ ਮਿਲੀ ਸੀਗੀ ਸਰ ਵੀ ਇਹ ਦੋਵੇਂ ਜੀ ਮੁਲਾਜ਼ਮ ਮੇਰੇ ਕੋਲ ਘਰ 'ਚ ਕੋਈ ਹੈ ਨਹੀਂ ਸੀਗਾ ਚੋਰੀ ਦੀ ਤਲਾਹ ਮਿਲੀ ਹੈ ਦੇਖਦੇ ਚੈੱਕ ਕਰੀ ਜਾਂਦੇ ਹਾਂ ਜੀ ਜੋ ਦੋ ਘੰਟੇ ਪਹਿਲਾਂ ਸਾਨੂੰ ਤਲਾਹ ਮਿਲੀ ਸੀਗੀ ਕਰੀ ਜਾਂਦੇ ਪੜਤਾਲ ਜੀ ਪਿਛਲਾ ਲੱਗਦਾ ਕਾਰਵਾਈ ਕਰਾਂਗੇ ਤੁਹਾਨੂੰ ਹਾਂ ਫਿੰਗਰਪ੍ਰਿੰਟ ਟੀਮ ਬੁਲਾਈ ਵੀ ਹੈ ਜੋ ਸੁਰਾਗ ਲੱਗਦਾ ਪਤਾ ਲੱਗਦਾ ਲੱਭਣ ਦੀ ਕੋਸ਼ਿਸ਼ ਕਰਦੇ